ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਪੰਜਾਬ ਦੇ ਵਿੱਚ ਬੱਚਿਆਂ ਦੀ ਗੱਲ ਕੀਤੀ ਜਾਵੇ ਤੇ ਹੁਨਰ ਦੀ ਕੋਈ ਕਮੀ ਨਹੀਂ ਹੈ। ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨ ਮੁਟਿਆਰਾਂ ਅਤੇ ਨੌਜਵਾਨ ਮੁੰਡਿਆਂ ਨੇ ਮੱਲਾਂ ਮਾਰੀਆਂ, ਕਿਉਂਕਿ ਕਲਾ ਦੇ ਵਿੱਚ ਬਹੁਤ ਮਹਾਰਤ ਹਾਸਲ ਹੈ। ਸੋ ਇਸੇ ਤਰ੍ਹਾਂ ਦੀ ਕਲਾ ਦੀ ਇੱਕ ਮਹਾਰਤ ਵਾਲੀ ਲੜਕੀ ਪਲਕ ਸਾਡੇ ਨਾਲ ਆ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ, ਜਿਨ੍ਹਾਂ ਨੇ ਕਾਗਜ਼ਾਂ ਦੇ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ। ਬੇਜ਼ੁਬਾਨ ਕਾਗਜ਼ਾਂ ਨੂੰ ਜਦੋਂ ਆਪਾਂ ਦੇਖਦੇ ਹਾਂ ਤੇ ਫੁੱਲਾਂ ਦੇ ਵਿੱਚ ਜਾਨ ਭਰ ਦਿੱਤੀ ਹੈ। ਆਪਾਂ ਗੱਲਬਾਤ ਕਰਾਂਗੇ। ਪਲਕ, ਦੈਨਿਕ ਸਵੇਰਾ ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤੇ ਤੁਸੀਂ ਪ੍ਰੋਜੈਕਟ ਬਣਾਉਂਦੇ ਹੋ, ਕਿੰਨੇ ਤਰ੍ਹਾਂ ਦੇ ਬਣਾਉਂਦੇ ਹੋ, ਹੁਣ ਤੱਕ ਕਿੰਨਾ ਪ੍ਰੋਜੈਕਟ ਜਿਹੜੇ ਆ ਕਰ ਚੁੱਕੇ ਹੋ ਉਹਦੇ ਬਾਰੇ ਦੱਸੋ। ਹੁਣ ਤੱਕ ਤਾਂ ਮੈਂ ਕਾਫੀ ਸਾਰੀਆਂ ਫਾਈਲਾਂ ਵਗੈਰਾ ਬਣਾ ਚੁੱਕੀ ਹਾਂ, ਪ੍ਰੋਜੈਕਟ ਫਾਈਲ ਬਣਾ ਚੁੱਕੀ ਹਾਂ ਤੇ ਕਈਆਂ ਦੇ ਘਰਾਂ ਦੇ ਵਿੱਚ ਮੈਂ ਕਾਫੀ ਸਾਰਾ ਸਮਾਨ ਬਣਾ ਬਣਾ ਕੇ ਦਿੱਤਾ ਹੋਇਆ ਵਾ। ਜਿਵੇਂ ਕਿ ਮੇਰੇ ਇੱਕ ਫਰੈਂਡ ਸੀ, ਉਹਨਾਂ ਦੇ ਘਰੇ ਸਮਰ ਕੈਂਪ ਸੀ, ਉਹਨਾਂ ਨੇ ਮੇਰੇ ਕੋਲੋਂ ਬੱਚਿਆਂ ਦੇ ਲਈ ਕਾਫੀ ਸਾਰਾ ਸਮਾਨ ਬਣਵਾਇਆ ਹੈਗਾ, ਸੈਲਫੀ ਸਟੈਂਡ ਵਗੈਰਾ ਔਰ ਸੈਲਫੀ ਕੋਰਨਰ ਮੇਰੇ ਕੋਲ ਉਹਨਾਂ ਨੇ ਘਰੇ ਆਪਣੇ ਬੁਲਾ ਕੇ ਮੈਨੂੰ ਤੇ ਡੈਕੋਰੇਟ ਕਰਵਾਇਆ ਹੈਗਾ ਹੈ। ਉਹ ਕਹਿੰਦੇ ਕਿ ਪਲਕ, ਤੂੰ ਬਹੁਤ ਵਧੀਆ ਕਰਦੀ ਹੈਗੀ ਆ ਤੇ ਤੂੰ ਸਾਡਾ ਘਰੇ ਮਤਲਬ ਕਿ ਆਣ ਕੇ ਬੱਚਿਆਂ ਦੇ ਲਈ ਡੈਕੋਰੇਟ ਵੀ ਕਰ ਜਾ। ਤੇ ਬੱਚਿਆਂ ਦੇ ਲਈ ਮੈਂ ਉਹਨਾਂ ਨੂੰ ਐਕਟੀਵਿਟੀ ਕਰਵਾਉਣੀ ਸੀ ਤੇ ਉਹਨਾਂ ਨੂੰ ਮੈਂ ਕਾਗਜ਼ ਦਾ ਇੱਕ ਕਾਗਜ਼ ਵੇਸਟ ਕਾਗਜ਼ ਦਾ ਮੈਂ ਬਣਾ ਕੇ ਦਿੱਤਾ ਹੋਇਆ ਸੀ, ਫਲਾਵਰ ਰੋਜ਼ ਫਲਾਵਰ ਬਣਾ ਕੇ ਦਿੱਤਾ ਸੀ, ਜਿਹਦੇ ਉੱਪਰ ਬੱਚਿਆਂ ਨੇ ਆਪਣੇ ਫਲਾਵਰ ਦੀ ਡੰਡੀ ਦੇ ਉੱਤੇ ਉਹ ਲਗਾਇਆ ਸੀ ਆਪਣੀ ਫੋਟੋ। ਤੇ ਬੱਚਿਆਂ ਦੇ ਜਿਹੜੇ ਮਾਪੇ ਸੀ ਉਹ ਬਹੁਤ ਖੁਸ਼ ਹੋਏ ਸੀ ਉਹਨੂੰ ਦੇਖ ਕੇ ਕਿ ਸਾਡੇ ਬੱਚੇ ਇੰਨਾ ਵਧੀਆ ਕਰਕੇ ਆਏ ਹੈਗੇ ਨੇ, ਤੇ ਬੱਚੇ ਵੀ ਬਹੁਤ ਖੁਸ਼ ਹੋਏ ਸੀ ਐਕਟੀਵਿਟੀ ਕਰਕੇ। ਜਦੋਂ ਸਕੂਲ ਦੇ ਵਿੱਚ ਤੁਸੀਂ ਪੜ੍ਹਾਉਂਦੇ ਸੀ ਕਿ ਜਿਹੜੇ ਬੱਚੇ ਆ ਜਦੋਂ ਤੁਹਾਡੇ ਆਰਟ ਵੱਲ ਦੇਖਦੇ ਆ ਤੇ ਕੀ ਉਹ ਰਿਐਕਟ ਕਰਦੇ? ਬੱਚੇ ਜਦੋਂ ਮੈਂ ਸਕੂਲ ਵਿੱਚ ਕਰਵਾਉਂਦੀ ਹਾਂ ਨਾ ਕੰਮ, ਤੇ ਬੱਚੇ ਆਣ ਕੇ ਮੇਰੇ ਲਾਗੇ ਬੈਠ ਜਾਂਦੇ ਆ, ਬਹੁਤ ਖੁਸ਼ ਹੁੰਦੇ ਨੇ ਕੰਮ ਵੱਲ ਵੇਖ ਕੇ ਕਿ ਮੈਮ ਸਾਨੂੰ ਬਹੁਤ ਵਧੀਆ ਲੱਗਦਾ ਤੁਹਾਡੇ ਨਾਲ ਮਤਲਬ ਕਿ ਆਰਟ ਦਾ ਕੰਮ ਕਰਨਾ। ਤੇ ਬੱਚੇ ਬੜੇ ਮਤਲਬ ਕਿ ਦਿਲਚਸਪੀ ਨਾਲ ਆਪਣਾ ਕੰਮ ਕਰਦੇ ਨੇ, ਜਿਵੇਂ ਉਹਨਾਂ ਨੂੰ ਮੈਂ ਕਰਵਾਉਂਦੀ ਹਾਂ ਤੇ ਉਵੇਂ ਬੱਚੇ ਸੇਮ ਕਰਦੇ ਨੇ। ਇਸ ਤਰ੍ਹਾਂ ਜਿਸ ਤਰੀਕੇ ਦੇ ਨਾਲ ਤੁਸੀਂ ਕਰਵਾ ਰਹੇ ਹੋ ਤਾਂ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਜਿਹੜੀ ਆ ਆਰਟ ਉਹਨਾਂ ਦੇ ਕੋਲ ਹੋ ਜਾਏਗਾ। ਹਾਂਜੀ, ਬਹੁਤ ਸਾਰਾ ਆਰਟ ਉਹਨਾਂ ਦੇ ਕੋਲ ਹੋਵੇਗਾ ਬੱਚੇ ਮੈਨੂੰ ਵੇਖ ਕੇ, ਤੇ ਆਪਣੇ ਘਰੇ ਵੀ ਉਦਾਂ ਹੀ ਬਣਾਉਣਗੇ। ਜਿਵੇਂ ਕਿ ਮੈਂ ਇੱਕ ਵਾਰੀ ਬੱਚਿਆਂ ਨੂੰ ਕਲਾਸ ਦੇ ਵਿੱਚ ਕਰਵਾਇਆ ਸੀ, ਬੈਲੂਨ ਸੀ ਉਹਦੇ ਉੱਪਰ ਵੇਸਟ ਮੈਂ ਕਾਗਜ਼ ਲਗਵਾਏ ਸੀ, ਉਹਦਾ ਇੱਕ ਝੂਮਰ ਵਗੈਰਾ ਬਣਵਾਇਆ ਸੀ ਮੈਂ। ਹੁਣ ਤੱਕ ਜਿਹੜੇ ਪ੍ਰੋਜੈਕਟ ਹੈ ਕਿੰਨੇ ਤਰ੍ਹਾਂ ਦੇ ਵੱਖ ਵੱਖ ਡਿਜ਼ਾਈਨਿੰਗ ਕਰ ਚੁੱਕੇ ਹੋ? ਬਹੁਤ ਸਾਰੇ ਮੈਂ ਡਿਜ਼ਾਇਨ ਆਪਣੇ ਮਤਲਬ ਕਿ ਮਨ ਦੇ ਵਿੱਚ ਰੱਖੇ ਆ, ਤੇ ਬੱਚਿਆਂ ਨੇ ਵੀ ਉਵੇਂ ਹੀ ਕਰਨਾ ਹੈ ਜਿਵੇਂ ਮੈਂ ਕਰਦੀ ਹਾਂ। ਤੁਸੀਂ ਦੇਖ ਸਕਦੇ ਹੋ ਮੇਰੇ ਹੈਗੇ ਨੇ ਡਿਜ਼ਾਇਨ ਤਿਆਰ ਕੀਤੇ ਹੋਏ, ਵੱਖ ਵੱਖ ਤਰ੍ਹਾਂ ਦੇ ਮੈਂ ਡਿਜ਼ਾਇਨ ਤਿਆਰ ਕਰ ਲੈਂਦੀ ਹਾਂ, ਤੇ ਬਹੁਤ ਹੀ ਪਿਆਰੇ ਡਿਜ਼ਾਇਨ ਬਣਾਏ ਜਾਂਦੇ ਆ। ਜਿਸ ਤਰ੍ਹਾਂ ਫਲਾਵਰਾਂ ਦੀ ਗੱਲ ਕੀਤੀ ਜਾਵੇ, ਫਲਾਵਰ ਕਿੰਨੇ ਕਿਸਮ ਦੇ ਤੁਸੀਂ ਤਿਆਰ ਕਰਦੇ ਹੋ? ਇਹ ਮੈਂ 100-150 ਕਿਸਮ ਦੇ ਤਿਆਰ ਕਰ ਲੈਂਦੀ ਹਾਂ ਕਾਗਜ਼ ਨੂੰ ਕਟਿੰਗ ਕਰ ਕਰਕੇ। ਫਲਾਵਰਸ ਦੇ ਨਾਮ ਦੱਸੋ ਨਾ, ਕਿਹੜੀ ਕਿਹੜੀ ਹੁੰਦਾ? ਮਤਲਬ ਰੋਜ਼ ਵਗੈਰਾ ਹੋ ਗਿਆ, ਤੇ ਇੱਕ ਕਮਲ ਦਾ ਫੁੱਲ ਆਉਂਦਾ, ਉਹ ਵੀ ਬਹੁਤ ਵਧੀਆ ਬਣ ਜਾਂਦਾ ਵਾ। ਇਹ ਉਹ ਹੁਣ ਤੱਕ ਜਿਹੜਾ ਤੁਸੀਂ ਆ ਕਰਦੇ ਹੋ ਇਹਦੇ ਨਾਲ ਰੋਜ਼ਗਾਰ ਤੁਹਾਨੂੰ ਕੀ ਮਿਲਿਆ? ਬਹੁਤ ਵਧੀਆ, ਮੈਨੂੰ ਮਤਲਬ ਕਿ ਆ ਕੰਮ ਕਰਨ 'ਚ ਵੀ ਵਧੀਆ ਲੱਗਦਾ ਹੈਗਾ, ਮਨ ਖੁਸ਼ ਹੁੰਦਾ ਹੈ, ਘਰੇ ਬਹਿ ਕੇ ਵੀ ਆਪਾਂ ਕੀ ਕਰਨਾ ਹੈਗਾ।
ਘਰੇ ਬਹਿ ਕੇ ਆਪਾਂ ਆਹੀ ਕੰਮ ਕਰ ਸਕਦੇ ਹਾਂ ਕਿ ਸਾਡਾ ਮਨ ਲੱਗਿਆ ਰਹੇ। ਇਹ ਪ੍ਰੋਜੈਕਟ ਜਿਹੜੇ ਕਿੱਥੋਂ ਕਿੱਥੋਂ ਤੋਂ ਲੱਗ ਲੋਕ ਬਣਾਉਂਦੇ ਇਹ ਕਲੋਨੀਆਂ ਤੋਂ ਵੀ ਆਉਂਦੇ ਨੇ ਬਟਾਲੇ ਸ਼ਹਿਰ ਤੇ ਜਾਂ ਕਲੋਨੀਆਂ ਤੋਂ ਵੀ ਆਉਂਦੇ ਨੇ ਤੇ ਹੁਣ ਤੱਕ ਤਾਂ ਮੇਰੇ ਮਤਲਬ ਕਿ ਪ੍ਰੋਜੈਕਟ ਜਿਹੜੇ ਆ ਪਿੰਡਾਂ ਤੋਂ ਵੀ ਆਉਂਦੇ ਨੇ ਤੇ ਡਲਹੌਜੀ ਤੋਂ ਵੀ ਆਉਂਦੇ ਨੇ। ਸੋ ਦੇਖ ਸਕਦੇ ਹੋ ਕਿ ਬਹੁਤ ਦੂਰਾਂ ਦੂਰਾਂ ਤੋਂ ਜਿਹੜੇ ਆ ਉਹ ਪ੍ਰੋਜੈਕਟ ਜਿਹੜੇ ਆ ਲੋਕ ਜਿਹੜੇ ਆ ਉਹਨੂੰ ਵੇਖਣ ਵਾਸਤੇ ਆ ਰਹੇ ਆ ਤੇ ਜਿੱਥੇ ਪ੍ਰੋਜੈਕਟ ਤਿਆਰ ਕਰਕੇ ਉਹਨਾਂ ਨੂੰ ਆਤਮਿਕ ਖੁਸ਼ੀ ਮਿਲਦੀ ਆ ਉੱਥੇ ਨਾਲ ਰੋਜ਼ਗਾਰ ਦਾ ਸਾਧਨ ਵੀ ਬਣਿਆ ਹੋਇਆ ਹੈ। ਗੱਲ ਕੀਤੀ ਜਾਵੇ ਇੱਕ ਪ੍ਰੋਜੈਕਟ ਦੀ ਤਾਂ ਕਿੰਨੇ ਪੈਸੇ ਲੈਂਦੇ? ਇੱਕ ਪ੍ਰੋਜੈਕਟ ਫਾਈਲ ਦਾ ਤਾਂ ਮੈਂ 500 ਰੁਪਇਆ ਲੈਂਦੀ ਹਾਂ ਕਿਉਂਕਿ ਨਾ ਜ਼ਿਆਦਾ ਮਤਲਬ ਕਿ ਕਿਸੇ ਨੂੰ ਲੱਗੇ ਕਿਉਂਕਿ ਫਸਟ ਟਾਈਮ ਮੈਂ ਕਿਸੇ ਨੂੰ ਬਣਾ ਕੇ ਦੇਣੀ ਹੁੰਦੀ ਆ ਪ੍ਰੋਜੈਕਟ ਫਾਈਲ। ਕੋਈ ਨਵਾਂ ਨਵਾਂ ਕੋਈ ਆਉਂਦਾ ਵਾ ਮੇਰੇ ਕੋਲ ਕਿ ਸਾਨੂੰ ਪ੍ਰੋਜੈਕਟ ਫਾਈਲ ਬਣਾ ਕੇ ਦਿਓ ਤੇ ਪਹਿਲਾਂ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਮੇਰਾ ਕੰਮ ਵੇਖੋ ਤੇ ਫਿਰ ਮੈਨੂੰ ਪੈਸੇ ਦੇਣ ਦਾ ਕਰੋ ਕਿ ਕਿੰਨੇ ਦੇਣੇ ਚਾਹੀਦੇ। ਗੱਲ ਕੀਤੀ ਜਾਵੇ ਜਿਹੜੀ ਤੁਸੀਂ ਪ੍ਰੋਜੈਕਟ ਫਾਈਲ ਬਣਾਉਂਦੇ ਹੋ ਉਹਦੇ ਚ 250-300 ਰੁਪਏ ਦਾ ਬੜੇ ਆਰਾਮ ਨਾਲ ਖਰਚਾ ਆਉਂਦਾ। ਹਾਂਜੀ ਥੋੜਾ ਵੱਧ, ਹਾਂਜੀ ਸ਼ੌਂਕ ਵਾਸਤੇ ਕਰਦੀ ਆ ਮੈਂ ਤਾਂ ਕਿਉਂਕਿ ਇੰਨਾ ਤੇ ਪੈਸੇ ਲੱਗ ਜਾਂਦੇ ਨੇ ਕੁਝ ਵੱਧ ਵੀ ਲੱਗ ਜਾਂਦੇ ਨੇ ਪਰ ਮੈਂ ਪ੍ਰੋਜੈਕਟ ਫਾਈਲ ਦਾ 500 ਹੀ ਲੈਂਦੀ ਆ ਤਾਂ ਕਿ ਇਹ ਜਿਹੜਾ ਤੁਹਾਡਾ ਆਰਟ ਆ ਦੁਨੀਆ ਤੱਕ ਪਹੁੰਚੇ। ਹਾਂਜੀ ਹਾਂਜੀ ਦੁਨੀਆ ਤੱਕ ਪਹੁੰਚਦਾ ਵਾ ਤੇ ਹੁਣ ਤੱਕ ਤੇ ਕਾਫੀ ਸਾਰੇ ਲੋਕ ਆ ਗਏ ਨੇ ਮੇਰੇ ਕੋਲ। ਹੁਣ ਫਸਟ ਟਾਈਮ ਤੁਸੀਂ ਟੀਵੀ ਤੇ ਆਏ ਹੋ ਤੇ ਲੋਕਾਂ ਨੂੰ ਬੱਚਿਆਂ ਨੂੰ ਇਸ ਆਰਟ ਬਾਰੇ ਕੀ ਮੈਸੇਜ ਦੇਣਾ ਚਾਹੁੰਦੇ? ਮੈਂ ਤਾਂ ਬੱਚਿਆਂ ਨੂੰ ਆਹੀ ਕਹਾਂਗੀ ਕਿ ਤੁਸੀਂ ਮਤਲਬ ਕਿ ਘਰੇ ਬੈਠ ਕੇ ਫੋਨ ਤੇ ਕੋਈ ਉਦਾਂ ਦੀ ਵੀਡੀਓ ਨਹੀਂ ਦੇਖਣੀ ਹੈਗੀ, ਤੁਸੀਂ ਆਪਣੇ ਮਤਲਬ ਦੀ ਵੀਡੀਓ ਵੇਖੋ ਜਿਹਦੇ ਤੋਂ ਤੁਹਾਨੂੰ ਕੁਝ ਸਿੱਖਣ ਲਈ ਮਿਲੇ ਤੇ ਤੁਹਾਨੂੰ ਆਪਣਾ ਘਰ ਡੈਕੋਰੇਟ ਵੀ ਕਰਨ ਦੀ ਮਤਲਬ ਕਿ ਕੋਈ ਮੁਸ਼ਕਲ ਨਾ ਆਵੇ। ਜਿਵੇਂ ਕਿ ਤੁਸੀਂ ਆਪਣੇ ਬਰਥਡੇ ਪਾਰਟੀਆਂ ਤੇ ਜਾਂਦੇ ਹੋ ਤੇ ਘਰੇ ਵੀ ਤੁਸੀਂ ਰਖਵਾਉਂਦੇ ਹੋ ਤੇ ਤੁਸੀਂ ਲੋਕਾਂ ਨੂੰ ਬੁਲਵਾਉਂਦੇ ਹੋ, ਇੰਨੇ ਪੈਸੇ ਦਿੰਦੇ ਹੋ ਤੇ ਤੁਸੀਂ ਖੁਦ ਕਿਉਂ ਨਾ ਕਰੋ? ਇਹ ਜਿਹੜੇ ਡਿਜ਼ਾਈਨ ਆ ਤੁਹਾਡੇ ਦਿਮਾਗ ਦੇ ਵਿੱਚ ਕਿੱਥੋਂ ਆਉਂਦੇ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਦਰਸ਼ਨਾ ਸਾਡਾ ਜ਼ਰੂਰ ਦੱਸੋ? ਇਹ ਇੱਕ ਵਾਰੀ ਮੈਂ ਫੋਨ ਤੋਂ ਦੇਖ ਲੈਂਦੀ ਹਾਂ ਤੇ ਫਿਰ ਮੇਰੇ ਦਿਮਾਗ ਵਿੱਚ ਬੈਠ ਜਾਂਦਾ ਵਾ, ਇੱਕ ਡਿਜ਼ਾਈਨ ਮੈਂ ਵੇਖਦੀ ਹਾਂ ਤੇ ਫਿਰ ਮੈਨੂੰ ਆਪਣੇ ਕੋਲੋਂ ਬਣਾ ਬਣਾ ਕੇ ਮੈਂ ਕਾਫੀ ਸਾਰੇ ਡਿਜ਼ਾਈਨ ਤਿਆਰ ਕੀਤੇ ਆ। ਜਿਹੜੇ ਵੇਸਟ ਕਾਗਜ਼ ਆ ਉਹਨਾਂ ਨੂੰ ਕਿਸ ਤਰ੍ਹਾਂ ਵਰਤੋਂ ਦਿੱਤੇ ਸੀ? ਉਹਨੂੰ ਮੈਂ ਵੇਸਟ ਕਾਗਜ਼ ਨੂੰ ਸੁੱਟਦੀ ਨਹੀਂ ਆ ਕਿਉਂਕਿ ਉਹ ਮੇਰੇ ਫਿਰ ਯੂਜ਼ ਹੋ ਜਾਂਦੇ ਨੇ। ਜਿਵੇਂ ਕਿ ਆਹ ਮੈਂ ਬਣਾਇਆ ਸੀ ਇੱਕ ਪੀਜ਼ ਤੇ ਇਹਦੇ ਨੀਚੇ ਦੇਖੋ ਮੈਂ ਗਰਾਸ ਦਾ ਕੀਤਾ ਹੋਇਆ ਵਾ, ਇਹਨੂੰ ਮੈਂ ਗਰਾਸ ਦਾ ਯੂਜ਼ ਕਰ ਲਿਆ ਹੋਇਆ। ਜੇ ਤੁਸੀਂ ਜੀ ਗੱਲ ਕੀਤੀ ਆ ਤੁਹਾਡੀ ਐਜੂਕੇਸ਼ਨ ਕੀ ਆ ਤੇ ਇਹ ਸਿੱਖਿਆ ਦਾ? ਇਹ ਮੈਂ +2 ਕੀਤੀ ਹੋਈ ਆ ਤੇ ਉਸ ਤੋਂ ਬਾਅਦ ਮੈਂ ਐਨਟੀਟੀ ਦਾ ਕੋਰਸ ਕੀਤਾ ਹੈਗਾ। ਐਨਟੀਟੀ ਦੀ ਫੁੱਲ ਫਾਰਮ ਹੈਗੀ ਆ ਕਿ ਨਰਸਰੀ ਟੀਚਰ ਟ੍ਰੇਨਿੰਗ, ਤੇ ਇਹ ਮੈਂ ਕੀਤਾ ਹੈਗਾ ਹੈ ਮੈਰੀਗੋਲਡ ਇੰਟਰਨੈਸ਼ਨਲ ਸੋਸਾਇਟੀ। ਸੋ ਦੇਖ ਸਕਦੇ ਹੋ ਕਿ ਜੇ ਬੱਚੇ ਦੇ ਵਿੱਚ ਮਨ ਦੇ ਵਿੱਚ ਕੁਝ ਕਲਾ ਹੋਵੇ, ਕੁਝ ਕਰਨ ਦਾ ਜਜ਼ਬਾ ਹੋਵੇ ਤੇ ਉਹ ਸਰ ਕਰ ਲੈਂਦੇ ਨੇ। ਕੈਮਰਾਮੈਨ ਸੋਨੀ ਦੇ ਨਾਲ ਸਰਵਣ ਸਿੰਘ ਘੁਮਾਣ, ਬਟਾਲਾ, ਗੁਰਦਾਸਪੁਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।